ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਸਰਕਾਰ ਦੁਆਰਾ ਜੋ ਕੁਆਲੀਫਾਈਿੰਗ ਨੇਚਰ ਦਾ ਐਗਜ਼ਾਮ ਸ਼ੁਰੂ ਕੀਤਾ ਗਿਆ ਹੈ ਪੇਪਰ A ਪੰਜਾਬੀ ਵਿਸ਼ੇ ਦਾ ਪੇਪਰ ਹੋਣਾ ਹੈ ਜੋ ਇਹ ਜਿਹਦੇ ਵਿੱਚ ਤੁਹਾਨੂੰ 100 ਪ੍ਰਸ਼ਨ ਪੁੱਛੇ ਜਾਣਗੇ 100 ਨੰਬਰ ਦਾ ਇਹ ਪੇਪਰ ਹੈ ਜਿਹਦੇ ਵਿੱਚ 60% ਨੰਬਰ ਤੁਹਾਡੇ ਲਈ ਐਗਜ਼ਾਮ ਨੂੰ ਕੁਆਲੀਫਾਈ ਕਰਨ ਦੇ ਲਈ ਜ਼ਰੂਰੀ ਨੇ ਇਸ ਕੁਆਲੀਫਾਈਿੰਗ ਨੇਚਰ ਦਾ ਜੋ ਐਗਜ਼ਾਮ ਹੈ ਉਹਦੇ ਸਿਲੇਬਸ ਦੀ ਪੂਰੀ ਤਿਆਰੀ ਤੁਸੀਂ ਇਸ YouTube ਚੈਨਲ ਦੇ ਉੱਪਰ ਕਰ ਸਕਦੇ ਹੋ ਜੇਕਰ ਤੁਸੀਂ ਪਹਿਲੀ ਵਾਰੀ YouTube ਚੈਨਲ ਦੇ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ Telegram ਚੈਨਲ ਦੇ ਨਾਲ ਵੀ ਜੁੜ ਸਕਦੇ ਹੋ Telegram ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਅੱਜ ਤੋਂ ਪਹਿਲਾਂ ਜੋ ਦੋ ਲੈਕਚਰ ਲੱਗ ਚੁੱਕੇ ਨੇ ਉਹਦੇ ਵਿੱਚ ਪਹਿਲੇ ਲੈਕਚਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਚਰਚਾ ਕੀਤੀ ਹੈ ਦੂਜੇ ਲੈਕਚਰ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਰੇ ਤੇ ਅੱਜ ਤੀਜੇ ਲੈਕਚਰ ਦੇ ਵਿੱਚ ਗੁਰਮਤਕ ਆਪ ਦੇ ਇਹ ਕਵੀ ਨੇ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਚਰਚਾ ਕੀਤੀ ਜਾਵੇਗੀ ਇਸ ਤੋਂ ਬਾਅਦ ਹੈ ਜੋ ਦੋ ਮੌਕ ਟੈਸਟ ਲਗਾਏ ਜਾਣਗੇ ਇਹਨਾਂ ਦੇ ਨਾਲ ਸੰਬੰਧਿਤ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਹਾਂ ਸਭ ਤੋਂ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸੀ ਜੋ ਉਹ ਚੌਥੇ ਗੁਰੂ ਸਾਈਬਾਨ ਹੋਏ ਨੇ ਇਹਨਾਂ ਦੀ ਮਾਤਾ ਜੀ ਦਾ ਨਾਮ ਸੀ ਬੀਬੀ ਭਾਨੀ ਜੀ ਜਨਮ ਹੋਇਆ ਸੀ ਜ ਇਹਨਾਂ ਦਾ 1563 ਈਸਵੀ ਦੇ ਵਿੱਚ 1620 ਸੰਮਤ ਦੇ ਵਿੱਚ ਜਨਮ ਹੋਇਆ ਸੀ ਗੋਇੰਦਵਾਲ ਵਿਖੇ ਜਨਮ ਹੋਇਆ ਸੀ ਇਹਨਾਂ ਦਾ ਤਰਨ ਤਾਰਨ ਵਿਖੇ ਗੋਇੰਦਵਾਲ ਵਿਖੇ ਜਨਮ ਹੋਇਆ ਸੀ ਅੱਗੇ ਜੀ ਗੁਰੂ ਮਹਿਲ ਗੁਰੂ ਮਹਿਲ ਸ਼ਬਦ ਬਾਰੇ ਤੁਹਾਨੂੰ ਦੱਸ ਚੁੱਕਿਆ ਹਾਂ ਜੋ ਸਤਿਕਾਰ ਵਜੋਂ ਗੁਰੂ ਸਾਹਿਬਾਨ ਨੇ ਉਹਨਾਂ ਦੀਆਂ ਪਤਨੀਆਂ ਨੂੰ ਗੁਰੂ ਮਹਿਲ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ ਇਹਨਾਂ ਦੇ ਗੁਰੂ ਮਹਿਲ ਦਾ ਨਾਮ ਸੀ ਮਾਤਾ ਗੰਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਸੁਪੁੱਤਰ ਨੇ ਜਨਮ ਲਿਆ ਜੋ ਕੇ ਛੇਵੇਂ ਪਾਤਸ਼ਾਹ ਬਣੇ ਸੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਅਕਬਰ ਅਤੇ ਜਹਾਂਗੀਰ ਆਪ ਜੀ ਦੇ ਸਮਕਾਲੀ ਸ਼ਾਸਕ ਸਨ ਅਕਬਰ ਅਤੇ ਜਹਾਂਗੀਰ ਜੋ ਆਪ ਦੇ ਸਮਕਾਲੀ ਸ਼ਾਸਕ ਸਨ ਆਪ ਨੇ ਸਭ ਤੋਂ ਮਹਾਨ ਕੰਮ ਸੀ ਜੋ ਉਹ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਸ ਆਪ ਨੇ ਸੰਪਾਦਨਾ ਕੀਤੀ ਸੀ ਇਹਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ ਨੇ ਇੱਕ ਬੀੜ ਦੇ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਹੋਰ ਗੱਲ ਕਰਾਂਗੇ ਆਪ ਜੀ ਨੇ ਸਭ ਤੋਂ ਵੱਧ 30 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇੱਕ ਗੱਲ ਦਾ ਨੋਟ ਜ਼ਰੂਰ ਕਰਨਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 31 ਰਾਗ ਹਨ ਕੁੱਲ 31 ਰਾਗ ਨੇ 31 ਰਾਗਾਂ ਦੇ ਵਿੱਚੋਂ ਸਭ ਤੋਂ ਵੱਧ 30 ਰਾਗਾਂ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ ਇਸ ਤੋਂ ਇਲਾਵਾ ਆਪ ਜੀ ਨੇ 6 ਵਾਰਾਂ ਦੀ ਰਚਨਾ ਵੀ ਕੀਤੀ ਹੈ ਵਾਰਾਂ ਦੇ ਨਾਲ ਸੰਬੰਧਿਤ ਆਪਾਂ ਪਹਿਲੀ ਵੀਡੀਓ ਦੇ ਵਿੱਚ ਕਰਿਆ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 3 ਵਾਰਾਂ ਦੀ ਰਚਨਾ ਕੀਤੀ ਹੈ ਸ਼੍ਰੀ ਗੁਰੂ ਤੀਜੇ ਗੁਰੂ ਸੀ ਜੋ ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਨੇ 4 ਵਾਰਾਂ ਦੀ ਰਚਨਾ ਕੀਤੀ ਹੈ ਅਗਸਤੋ ਬਾਦ ਜੀ ਜੋ ਪੰਜਵੇਂ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ 6 12 ਦੀ ਰਚਨਾ ਕੀਤੀ ਹੈ ਠੀਕ ਹੈ ਜੀ ਚੌਥੇ ਗੁਰੂ ਸਾਹਿਬਾਨ ਨੇ ਜੋ ਉਹਨਾਂ ਨੇ 8 12 ਦੀ ਰਚਨਾ ਕੀਤੀ ਹੈ ਠੀਕ ਹੈ ਜੀ ਇਹ ਇੰਪੋਰਟੈਂਟ ਪ੍ਰਸ਼ਨ ਹੈ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਉਸ ਤੋਂ ਇਲਾਵਾ ਜੀ ਜੋ ਇਹਨਾਂ ਨੇ 6 12 ਦੀ ਰਚਨਾ ਕੀਤੀ ਹੈ ਉਹਦੇ ਵਿੱਚ ਆਗੇ ਜੀ ਰਾਗ ਗੌੜੀ ਦੇ ਵਿੱਚ ਰਾਗ ਗੁਜਰੀ ਦੇ ਵਿੱਚ ਰਾਗ ਰਾਮਕਲੀ ਦੇ ਵਿੱਚ ਰਾਗ ਮਾਰੂ ਦੇ ਵਿੱਚ ਰਾਗ ਜੈਤਸਰੀ ਅਤੇ ਰਾਗ ਬਸੰਤ ਦੇ ਵਿੱਚ ਇਹਨਾਂ 12 ਜੋ ਰਚਨਾ ਕੀਤੀ ਹੈ ਇਹ 6 ਵਾਰਾਂ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਜੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ-ਕਿਹੜੇ ਰਾਗਾਂ ਦੇ ਵਿੱਚ ਵਾਰਾਂ ਦੀ ਰਚਨਾ ਕੀਤੀ ਹੈ ਉਸ ਤੋਂ ਬਾਅਦ ਹੈ ਜੀ ਆਪ ਜੀ ਦੇ ਸਭ ਤੋਂ ਵੱਧ 2216 ਸ਼ਬਦਾਂ ਦੀ ਰਚਨਾ ਕੀਤੀ ਹੈ ਇਸ ਤੋਂ ਇਲਾਵਾ 116 ਸ਼ਲੋਕ ਨੇ ਜੋ ਆਪ ਦੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਇਸ ਤੋਂ ਇਲਾਵਾ ਜੋ ਆਪਨੇ ਹੋਰ ਮਹਾਨ ਕੰਮ ਕੀਤੇ ਨੇ ਉਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਨੀਂ ਪੱਥਰ ਰਖਵਾਇਆ ਸੀ ਆਪਨੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਇਹ ਵੀ ਵੈਰੀ ਇੰਪੋਰਟੈਂਟ ਪ੍ਰਸ਼ਨ ਬਣਦਾ ਜੀ ਉਸ ਤੋਂ ਬਾਅਦ ਹੈ ਜੀ ਸੁਖਮਨੀ ਸਾਹਿਬ ਆਪ ਦੀ ਸਭ ਤੋਂ ਪ੍ਰਸਿੱਧ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੜਿਆ ਸੀ ਆਪਾਂ ਨੇ ਜਪਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਰੇ ਪੜਿਆ ਸੀ ਕਿ ਉਹਨਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਜੋ ਅਨੰਦ ਸਾਹਿਬ ਤੇ ਸ੍ਰੀ ਗੁਰੂ अर्जुन देव जी दी जो प्रसिद्ध हो, जो है है। है जो दी रचना होया जी सुखमनी साहिब प्यारे विद्यार्थियों कई बार बोलदे होया जो गलत बोलया ਜਾਂਦਾ ਠੀਕ ਹੈ ਜੀ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਦਿਆ ਕਰੋ ਇਹ ਜੋ ਸੁਖਮਨੀ ਸਾਹਿਬ ਦੀ ਰਚਨਾ ਹੈ ਇਹ ਗੌੜੀ ਰਾਗ ਦੇ ਵਿੱਚ ਹੈ ਜੀ ਇਹਦੀਆਂ 24 ਅਸ਼ਟਪਦੀਆਂ ਨੇ ਕਾ ਰਚਨਾ ਦੇ ਬਾਰੇ ਡਿਟੇਲ ਦੇ ਵਿੱਚ ਧਿਆਨ ਦੇ ਵਿੱਚ ਜਾਣਕਾਰੀ ਰੱਖਣੀ ਹੈ ਸਾਰੀ ਸੁਖਮਨੀ ਸਾਹਿਬ ਹੈ ਜੋ ਗੌੜੀ ਰਾਗ ਦੇ ਵਿੱਚ ਹੈ ਇਹਦੀਆਂ 24 ਅਸ਼ਟਪਦੀਆਂ ਨੇ ਇਹ ਜੋ ਅਸ਼ਟਪਦੀਆਂ ਨੇ ਜਾਂ ਇਹ ਸੁਖਮਨੀ ਸਾਹਿਬ ਰਚਨਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ ਭਾਗ ਪੰਨਾ ਨੰਬਰ 262 ਤੋਂ ਲੈ ਕੇ 296 ਤੱਕ ਇਹ ਦਰਜ ਰਚਨਾ ਠੀਕ ਹੈ ਜੀ ਇਹਦੀਆਂ 1977 ਤੁਕਾਂ ਬਣਦੀਆਂ ਨੇ ਧਿਆਨ ਰੱਖਣਾ ਜੀ ਇਸ ਬਾਣੀ ਦੀਆਂ 1977 ਤੁਕਾਂ ਬਣਦੀਆਂ ਨੇ 1977 ਕਿਸ ਤਰ੍ਹਾਂ ਬਣਦੀਆਂ ਨੇ ਤੁਹਾਨੂੰ ਸਮਝਾ ਦਾਨਿਆਂ ਇਹ ਬਾਣੀ ਜਿਵੇਂ ਕਿ ਦੱਸ ਚੁੱਕਿਆ ਕਿ ਗੌੜੀ ਰਾਗ ਦੇ ਵਿੱਚ ਹੈ ਇਹਦੀਆਂ 24 ਅਸ਼ਟਪਦੀਆਂ ਨੇ ਹਰ ਇੱਕ ਅਸ਼ਟਪਦੀਆ ਜੋ ਉਹਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਅੰਕਿਤ ਹੈ ਜਿਹਦੇ ਵਿੱਚ ਅਸ਼ਟਪਦੀ ਦਾ ਸਾਰਾ ਸਾਰ ਹੈ ਜੋ ਦਿੱਤਾ ਗਿਆ ਹਰ ਇੱਕ ਅਸ਼ਟਪਦੀਆ ਜੋ ਉਹਦੀਆਂ 8 ਪੌੜੀਆਂ ਨੇ ਜਾਂ 8 ਬੰਦ ਨੇ ਤੇ ਹਰ ਪੌੜੀ ਦੇ ਵਿੱਚ 10 ਤੁਕਾਂ ਨੇ ਠੀਕ ਹੈ ਜੀ ਇਸ ਤਰ੍ਹਾਂ ਇਹ ਸੁਖਮਨੀ ਸਾਹਿਬਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀਆਂ ਦੇ ਵਿੱਚੋਂ ਜੋ ਆਦਿ ਗ੍ਰੰਥ ਸਾਹਿਬ ਦੇ ਵਿੱਚ ਬਾਣੀਆਂ ਦਰਜ ਨੇ ਸਭ ਤੋਂ ਲੰਮੀ ਰਚਨਾ ਬਣ ਜਾਂਦੀ ਹੈ ਇਹ 1977 ਤੁਕਾਂ 24 ਅਸ਼ਟਪਦੀਆਂ ਨੇ 262 ਤੋਂ ਲੈ ਕੇ ਅੰਗ ਨੰਬਰ 296 ਤੱਕ ਇਹ ਦਰਜ ਹੈ ਤੇ ਰਾਗ ਇਹਦਾ ਗੋੜੀ ਰਾਗ ਹੈ ਉਸ ਤੋਂ ਬਾਅਦ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 12 ਮਹਾ ਮਾਜ ਰਾਗ ਦੇ ਵਿੱਚ ਹੈ ਨੋਟ ਦੱਸਿਆ ਸੀ ਤੁਹਾਨੂੰ ਪਹਿਲਾਂ ਵੀ ਜੀ ਨੋਟ ਕਰ ਲਓ ਦੁਬਾਰਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 2 12 ਮਾਹੇ ਨੇ ਇੱਕ 12 ਮਾਹੇ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਜੋ ਕਿ ਤੁਖਾਰੀ ਰਾਗ ਦੇ ਵਿੱਚ ਹੈ ਦੂਜਾ 12 ਮਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਜੋ ਕਿ ਮਾਜ ਰਾਗ ਦੇ ਵਿੱਚ ਹੈ ਉਸ ਤੋਂ ਇਲਾਵਾ ਜੀ ਗੁਰੂ ਜੀ ਨੇ ਦਸਵੰਦ ਪ੍ਰਥਾ ਸ਼ਹੀਦੀ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ ਸ਼੍ਰੀ ਗੁਰੂ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਹੈ ਜੋ ਉਹ 1604 ਈਸਵੀ ਦੇ ਵਿੱਚ ਪੂਰਾ ਹੋਇਆ 1581 ਈਸਵੀ ਦੇ ਵਿੱਚ ਆਪ ਜੀ ਨੂੰ ਗੁਰਿਆਈ ਦੀ ਪ੍ਰਾਪਤੀ ਹੋਈ ਹੈ ਗੁਰਗੱਦੀ ਹੈ ਜੋ ਆਪ ਜੀ ਨੂੰ ਮਿਲੀ ਸੀ ਉਸੇ 1581 ਈਸਵੀ ਦੇ ਵਿੱਚ ਉਸ ਤੋਂ ਇਲਾਵਾ ਜੀ ਜੋ ਆਪ ਜੀ ਦਾ ਬਾਰਮਹਾ ਹੈ ਮਾਝ ਰਾਗ ਦੇ ਵਿੱਚ ਹੈ ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ ਜੋ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਬਾਰਮਹਾ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਇਹ ਹੁੰਦਾ ਜੀ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਆਪ ਜੀ ਦੁਆਰਾ ਰਚਿਤ ਹੈ ਜੋ 52 ਅਖਰੀ ਇਹ ਗੌੜੀ ਰਾਗ ਦੇ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੋਟ ਕਰਨਾ ਜੀ ਧਿਆਨ ਦੇ ਨਾਲ ਕੁੱਲ 252 ਅੱਖਰੀਆਂ ਨੇ 52 ਅੱਖਰੀ ਹੁੰਦਾ ਜੋ ਹਿੰਦੀ ਵਰਣਮਾਲਾ ਦੇ ਅੱਖਰਾਂ ਤੇ ਆਧਾਰਿਤ ਹੈ ਜੋ ਠੀਕ ਹੈ ਜੀ ਉਹ ਹੁੰਦੀ ਹੈ 52 ਅੱਖਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ 52 ਅੱਖਰੀਆਂ ਨੇ ਦੋਵੇਂ ਗੌੜੀ ਰਾਗ ਦੇ ਵਿੱਚ ਨੇ ਇੱਕ 52 ਅੱਖਰੀ ਹੈ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਤੇ ਜੋ ਦੂਜੀ ਬਾਵਨ ਅਖਰੀਆ ਉਹ ਭਗਤ ਕਬੀਰ ਜੀ ਦੀ ਰਚਨਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਸ ਤੋਂ ਇਲਾਵਾ ਜੀ ਆਪਣੇ ਤਰਨ ਤਾਰਨ ਸਰੋਵਰ ਅੰਮ੍ਰਿਤਸਰ ਸਰੋਵਰ ਅਤੇ ਸੰਤੋਖ ਸਰੋਵਰ ਬਣਵਾਏ 12 ਸ਼ਬਦ ਸਲੋਕ ਪਦੇ ਪਹਿਰੇ ਦਿਨ ਰੈਨ ਗੁਣਵੰਤੀ ਅંજਲੀਆਂ ਬਿਰਹੜੇ ਆਪਣੇ ਪ੍ਰਚਲਿਤ ਲੋਕ ਕਾਵਿ ਰੂਪ ਅਤੇ ਛੰਦਾਂ ਦੇ ਵਿੱਚ ਆਪ ਦੀ ਬਾਣੀ ਰਚੀ ਇਹ ਉਸ ਸਮੇਂ ਦੇ ਪ੍ਰਚਲਿਤ ਲੋਕ ਕਾਵ ਰੂਪ ਸੀ ਤੇ ਛੰਦ ਸੀ ਜਿਨ੍ਹਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਦੀ ਰਚਨਾ ਕੀਤੀ ਹੈ ਉਸ ਤੋਂ ਇਲਾਵਾ ਜੀ ਸ਼ਲੋਕ 12 ਤੇ ਵਧੇਕ ਗਾਥਾ ਫੁਨਹੇ ਚੋ ਬੋਲੇ ਸ਼ਲੋਕ ਸਹਿਸਕ੍ਰਿਤੀ ਤੇ ਮੁੰ다ਵਨੀ ਆਪ ਜੀ ਦੁਆਰਾ ਰਚਿਤ ਰਾਗ ਮੁਕਤ ਬਾਣੀਆਂ ਹਨ ਅੱਗੇ ਗੱਲ ਕਰਦੇ ਹਾਂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਗੁਣਵੰਤੀ ਆ ਜੋ ਉਹ 13 17 ਦੀ ਬਾਣੀ ਹੈ ਰਾਗ ਸੂਹੀ ਦੇ ਵਿੱਚ ਦਰਜ ਗੁਣਵੰਤੀ ਦਾ ਪੁੱਛ ਲਿਆ ਜਾਂਦਾ ਜੀ ਕਿੰਨੇ 17 ਦੀ ਬਾਣੀ ਹੈ ਇਹ 13 17 ਦੀ ਬਾਣੀ ਹੈ मुंदाਵਨੀ ਮਹੱਲਾ 5 ਇਹ ਹੈ ਜੀ 5 मुंदाਵਨੀ ਮਹੱਲਾ 5 ਵਿੱਚ ਦੋ ਸ਼ਲੋਕ ਦਰਜ ਹਨ ਇਹ ਵੀ ਧਿਆਨ ਦੇ ਵਿੱਚ ਰੱਖਣਾ ਜੀ ਕਿ ਜੋ ਮੁੰਦਾਵਨੀ ਹੈ ਮਹੱਲਾ 5 ਦੇ ਵਿੱਚ ਦੋ ਸ਼ਲੋਕ ਦਰਜ ਨੇ ਉਸ ਤੋਂ ਇਲਾਵਾ ਜੀ ਆਪ ਜੀ ਦੁਆਰਾ ਰਚਿਤ ਕੇਵਲ ਇੱਕ ਵਾਰ ਹੈ ਜੋ ਉਸ ਨੂੰ ਗੌੜੀ ਦੀ ਵਾਰ ਹੈ ਜੋ ਉਨੂੰ ਪ੍ਰਾਤਨ ਲੋਕਵਾਰ ਦੀ ਧੁਨੀ ਦੇ ਉੱਪਰ ਗਾਉਣ ਦਾ ਆਦੇਸ਼ ਦਿੱਤਾ ਗਿਆ ਠੀਕ ਹੈ ਜੀ ਆ ਇਹਦੇ ਵਿੱਚ ਨੇ ਜੀ ਜੋ ਗੌੜੀ ਦੀ ਵਾਰ ਹੈ ਉਹਨੂੰ ਰਾਏ ਕਮਾਲ ਦੀ ਮੋਜ ਦੀ ਵਾਰ ਦੀ ਧੁਨੀ ਦੇ ਉੱਪਰ ਗਾਉਣ ਦਾ ਆਦੇਸ਼ ਹੈ ਜੋ ਉਹ ਦਿੱਤਾ ਗਿਆ ਇਹ ਵੀ ਇੰਪੋਰਟੈਂਟ ਪ੍ਰਸ਼ਨ ਬਣਦਾ ਜੀ ਇਹਦੇ ਨਾਲ ਸੰਬੰਧਿਤ ਮੈਂ ਇੱਕ ਵੀਡੀਓ ਪਹਿਲਾਂ ਆਪਣੇ ਚੈਨਲ ਦੇ ਉੱਪਰ ਅਪਲੋਡ ਕਰ ਚੁੱਕਿਆ ਜਿਹਦੇ ਵਿੱਚ ਗੁਰੂ ਸਾਈਬਾਨਾ ਦੁਆਰਾ ਰਚਿਤ ਕਿਹੜੀਆਂ-ਕਿਹੜੀਆਂ ਬਾਣੀਆਂ ਨੇ ਜਿਨ੍ਹਾਂ ਨੂੰ ਪ੍ਰਾਤਨ ਲੋਕਵਾਰਾਂ ਦੀਆਂ ਧੁਨੀਆਂ ਉੱਪਰ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਦੀਆਂ 6 ਬਾਰਾਂ ਦੇ ਵਿੱਚੋਂ ਸਿਰਫ ਇੱਕ ਵਾਰ ਹੈ ਜੋ ਗੌੜੀ ਦੀ ਵਾਰ ਹੈ ਉਹਨੂੰ ਰਾਏ ਕਮਾਲ ਮौज ਦੀ ਵਾਰ ਦੀ ਧੁਨੀ ਦੇ ਉੱਪਰ ਗਾਉਣ ਦਾ ਆਦੇਸ਼ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਜੋ ਰਚੀ ਤਾ ਬਾਵਨ ਅਖਰੀ ਹੈ ਉਹਦੀਆਂ 55 ਪੌੜੀਆਂ ਨੇ। ਏਸੀ ਜਾਣਕਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਤੇ ਕੁਝ ਕੁ ਜਾਣਕਾਰੀ ਸੰਖੇਪ ਦੇ ਵਿੱਚ ਅਤ ਸੰਖੇਪ ਦੇ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵੀ ਪ੍ਰਾਪਤ ਕਰ ਲੈਣੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਅੰਗ ਨੇ 1430 ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 36 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਜਿਹਦੇ ਵਿੱਚੋਂ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ 6 ਗੁਰੂ ਸਾਹਿਬਾਨਾਂ ਦੇ ਵਿੱਚ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਉਸ ਤੋਂ ਬਾਅਦ ਹੈ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਇਹ 6 ਗੁਰਸਾਹਿਬਾਨ ਹੋ ਗਏ ਉਸ ਤੋਂ ਇਲਾਵਾ ਜੀ 15 ਭਗਤਾਂ ਦੀ ਬਾਣੀ ਦਰਜ ਹੈ 11 ਭਟਾਂ ਦੀ ਬਾਣੀ ਦਰਜ ਹੈ ਅਤੇ ਗੁਰੂ ਘਰ ਦੇ ਨਿਕਟਵਰਤੀ ਚਾਰ ਸ਼ਰਧਾਲੂਆਂ ਦੀ ਬਾਣੀ ਵੀ ਇਹਦੇ ਵਿੱਚ ਦਰਜ ਹੈ ਕੁਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 31 ਰਾਗ ਨੇ ਸਭ ਤੋਂ ਪਹਿਲਾ ਰਾਗ ਹੈ ਜੀ ਇਹਦੇ ਵਿੱਚ ਸਿਰੀ ਰਾਗ ਸਭ ਤੋਂ ਆਖਰੀ ਰਾਗ ਹੈ ਜਯਜਵੰਤੀ ਰਾਗ ਜਯਜਵੰਤੀ ਰਾਗ ਦੇ ਵਿੱਚ ਸਿਰਫ ਅਤੇ ਸਿਰਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ ਹੋਰ ਕਿਸੇ ਵੀ ਗੁਰੂ ਸਾਹਿਬਾਨ ਨੇ ਜਜਵੰਤੀ ਰਾਗ ਦੇ ਵਿੱਚ ਆਪਣੀ ਬਾਣੀ ਨਹੀਂ ਰਚੀ ਇਹ ਜੋ ਸਾਰੀ ਬਾਣੀ ਹੈ ਇਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਤੇ ਗੁਰੂ ਘਰ ਦੇ ਜੋ ਪਹਿਲੇ ਗ੍ਰੰਥੀ ਬਣੇ ਸੀ ਇਹ ਬਣੇ ਸੀ ਬਾਬਾ ਬੁੱਢਾ ਜੀ ਪਹਿਲਾਂ ਚੈੱਕ ਕਰ ਚੁੱਕਿਆ ਜੀ ਜਾਣਕਾਰੀ ਜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਜੋ ਬੀੜ ਤਿਆਰ ਕਰਵਾਈ ਗਈ ਹੈ ਇਹ ਆਧ ਗ੍ਰੰਥ ਸਾਹਿਬ ਵਾਲੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਇਹਨੂੰ ਇਹਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੁਹਾਨੂੰ ਦੱਸਿਆ ਸੀ ਕਿ ਦੂਜੀ ਬੀੜ ਦੇ ਬਾਰੇ ਅੱਗੇ ਜਾਣਕਾਰੀ ਕਰਾਂਗੇ ਦੂਜੀ ਬੀੜ ਦੇ ਬਾਰੇ ਜਾਣਕਾਰੀ ਇਹ ਹੈ ਜੀ ਕਿ ਜੋ 10ਵੇਂ ਗੁਰੂ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਮਦਮਾ ਸਾਹਿਬ ਵਾਲੀ ਬੀੜ ਦੇ ਵਿੱਚ ਦਰਜ ਕਰਵਾਇਆ ਠੀਕ ਹੈ ਜੀ ਇਹ ਦਮਦਮਾ ਸਾਹਿਬ ਵਾਲੀ ਬੀੜ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਈ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ 30 ਮਈ 1606 ਈਸਵੀ ਦੇ ਵਿੱਚ ਲਾਹੌਰ ਦੇ ਵਿੱਚ ਜੋਤੀ ਜੋਤ ਸਮਾਈ ਸੀ 1663 ਸੰਮਤ ਦੇ ਵਿੱਚ ਸੰਮਤ ਨੂੰ ਵੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਜੀ ਇਸ ਤਰ੍ਹਾਂ ਜੋ ਆਪ ਜੀ ਦਾ ਜੀਵਨ ਕਾਲ ਸੀ ਉਹ ਸੀ ਜੀ 1563 ਤੋਂ ਲੈ ਕੇ 1606 ਈਸਵੀ ਤੱਕ ਇਸੇ ਜਾਣਕਾਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਉਮੀਦ ਕਰਦਾ ਹਾਂ ਕਿ ਵੀਡੀਓ ਤੋਂ ਤੁਹਾਨੂੰ ਬਹੁਤ ਜਾਣਕਾਰੀ ਮਿਲੀ ਹੋਵੇਗੀ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਅਗਲੀ ਵੀਡੀਓ ਦੇ ਵਿੱਚ ਮੌਕ ਟੈਸਟ ਲੈ ਕੇ ਆਵਾਂਗੇ। ਇੱਕ ਮੌਕ ਟੈਸਟ ਦੇ ਵਿੱਚ 20 ਪ੍ਰਸ਼ਨ ਪੁੱਛੇ ਜਾਣਗੇ ਤੇ ਉਹਨਾਂ 20 ਪ੍ਰਸ਼ਨਾਂ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਡਿਸਕਸ ਕੀਤੀ ਜਾਵੇਗੀ। 20 ਪ੍ਰਸ਼ਨਾਂ ਦੇ ਵਿੱਚੋਂ ਘੱਟੋ-ਘੱਟ 40 ਜਾਂ 50 ਪ੍ਰਸ਼ਨਾਂ ਦੇ ਬਾਰੇ ਤੁਹਾਡੀ ਪੂਰੀ ਡਿਸਕਸ਼ਨ ਹੋ ਜਾਏਗੀ। ਤਾਂ ਮੌਕ ਟੈਸਟ ਲਗਾਣੇ ਨਾ ਭੁੱਲਿਓ। ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰੋ, ਦੋਸਤਾਂ ਦੇ ਨਾਲ ਸ਼ੇਅਰ ਕਰੋ।